ਪੰਜਾਬ ਦੇ ਮੌਸਮ 15 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਤੇ ਨਾਲ ਹੀ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ 15 ਜੁਲਾਈ ਕਿਹੋ ਜਿਹਾ ਮੌਸਮ ਰਹਿ ਸਕਦਾ ਹੈ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀਗਾ ਕਿ ਪੰਜਾਬ ਵਿੱਚ ਲਗਾਤਾਰ ਅਗਲੇ 3-4 ਦਿਨ 18 ਤਰੀਕ ਤੱਕ ਟੁੱਟਮੀਆ ਕਾਰਵਾਈਆਂ ਹੁੰਦੀਆਂ ਰਹਿਣਗੀਆਂ ਉਸੇ ਤਰ੍ਹਾਂ ਦਾ ਹੀ ਮੌਸਮ ਬਣਿਆ ਹੋਇਆ ਹੈ ਇਹ ਟੁੱਟਮੀਆਂ ਕਾਰਵਾਈਆਂ ਕਈ ਇਲਾਕਿਆਂ ਵਿੱਚ ਸਵੇਰ ਵੇਲੇ ਤੇ ਕਈ ਇਲਾਕਿਆਂ ਵਿੱਚ ਸ਼ਾਮ ਵੇਲੇ ਤੇ ਕਈਆਂ ਵਿੱਚ ਦੁਪਹਿਰ ਵੇਲੇ ਵੀ ਹੋ ਸਕਦੇ ਹਨ ਤੇ ਕੁਝ ਕ ਇਲਾਕਿਆਂ ਵਿੱਚ ਰਾਤ ਨੂੰ ਵੀ ਟੁੱਟਮੀਆਂ ਕਾਰਵਾਈਆਂ ਹੋ ਸਕਦੇ ਹਨ ਜੇਕਰ ਆਪਾਂ ਜ਼ਿਲ੍ਹੇਵਾਰ ਗੱਲ ਕੀਤੀ ਜਾਵੇ ਤਾਂ ਦੁਆਬੇ ਵਿੱਚ ਸਵੇਰ ਵੇਲੇ ਆਪਣੇ ਜਲੰਧਰ ਹੋ ਗਿਆ ਨਵਾਂ ਸ਼ਹਿਰ ਇਹਨਾਂ ਇਲਾਕਿਆਂ ਦੇ ਵਿੱਚ ਕਰਪੂਥਲਾ ਇਹਨਾਂ ਵਿੱਚ ਸਵੇਰ ਵੇਲੇ ਤੋਂ ਲੈ ਕੇ ਦੁਪਹਿਰ ਵੇਲੇ ਤੱਕ ਟੁੱਟਮੀਆਂ ਕਾਰਵਾਈਆਂ ਹੋ ਸਕਦੀਆਂ ਹਨ ਇਸੇ ਤਰ੍ਹਾਂ ਹੀ ਜਿਵੇਂ ਕੱਲ ਬਠਿੰਡਾ ਮੋਗਾ ਪਰੀਰਕੋਟ ਫਾਜ਼ਿਲਕਾ ਇਹਨਾਂ ਵਿੱਚ ਵੀ ਸਵੇਰ ਵੇਲੇ ਤੇ ਦੁਪਹਿਰ ਵੇਲੇ ਕਾਰਵਾਈਆਂ ਟੁੱਟੀਆਂ ਹੋਣਗੀਆਂ ਪਰ ਵੱਡੇ ਪੱਧਰ ਤੇ ਨਹੀਂ ਹੋਣਗੀਆਂ ਜਿਵੇਂ ਕਿ ਕੱਲ ਵੀ 30 40 ਮਿੰਟ ਦੇ ਛਰਾਟੇ ਲੱਗੇ ਸਨ ਇਸੇ ਤਰ੍ਹਾਂ ਦੇ ਹੀ ਛਰਾਟੇ ਆਉਣ ਵਾਲੇ 2 ਤੋਂ 3 ਦਿਨ ਲੱਗਦੇ ਰਹਿਣਗੇ ਤੇ ਜੇਕਰ ਪਹਾੜਾ ਦੇ ਨਾਲ ਲੱਗਦੇ ਸੂਬੇ ਰਾਜਾਂ ਦੀ ਗੱਲ ਕੀਤੀ ਜਾਵੇ ਜਿਲਿਆਂ ਦੀ ਸੱਚ ਪਠਾਨਕੋਟ ਹੁਸ਼ਿਆਰਪੁਰ ਆਪਣਾ ਆਨੰਦਪੁਰ ਰੂਪਨਗਰ ਮਹਾਲੀ ਇਹਨਾਂ ਇਲਾਕਿਆਂ ਦੇ ਵਿੱਚ ਵੀ ਦੁਪਹਿਰ ਜਾਂ ਬਾਅਦ ਦੁਪਹਿਰ ਤੋਂ ਥੋੜੇ ਬਹੁਤੇ ਟੁੱਟਵੇਂ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਕਿਉਂਕਿ ਹਿਮਾਚਲ ਦੇ ਵਿੱਚ ਅਜੇ ਵੀ ਰੁਕ ਰੁਕ ਕੇ ਲਗਾਤਾਰ ਰੋਜ਼ 2-2 3-3 ਘੰਟੇ ਲਗਾਤਾਰ ਮੀਂਹ ਪੈ ਰਿਹਾ ਹੈ ਉਸ ਦਾ ਅਸਰ ਪੰਜਾਬ ਤੇ ਵੀ ਲਗਾਤਾਰ ਹੋ ਰਿਹਾ ਹੈ ਇਸੇ ਤਰ੍ਹਾਂ ਹੀ ਹਰਿਆਣੇ ਦੇ ਨਾਲ ਲੱਗਦੇ ਸੂਬੇ ਪਟਿਆਲਾ, ਸੰਗਰੂਰ, ਮਾਨਸਾ ਇਨ੍ਹਾਂ ਇਲਾਕਿਆਂ ਦੇ ਵਿੱਚ ਵੀ ਟੁੱਟਮੀਆ ਕਾਰਵਾਈਆਂ ਜ਼ਰੂਰ ਹੋਣਗੀਆਂ ਪਰ ਵੱਡੇ ਪੱਧਰ ਤੇ ਨੇ ਇਨ੍ਹਾਂ ਇਲਾਕੇ ਵਿੱਚ ਪਹਿਲਾਂ ਤੋਂ ਹੀ ਘੱਗਰ ਦਰਿਆ ਨੇ ਬਹੁਤ ਨੁਕਸਾਨ ਕੀਤਾ ਹੈ ਜਿਹਦਾ ਪਾਣੀ ਲਗਾਤਾਰ اپنی ਮਾਰ ਕਰਦਾ ਜਾ ਰਿਹਾ ਹੈ ਤੇ ਕਾਫੀ ਨੁਕਸਾਨ ਵੱਡੇ ਪੱਧਰ ਤੇ ਇਸ ਵਾਰ ਘਰਦਰੀਆ ਨੇ ਕੀਤਾ ਹੈ ਤੇ ਇਹ ਅੱਗੇ ਲਗਾਤਾਰ ਵਧਦਾ ਜਾਣ ਕਰਕੇ ਹੋਰ ਵੀ ਨੁਕਸਾਨ ਅਗਲੇ 2 ਤੋਂ 3 ਦਿਨ ਪੰਜਾਬ ਵਿੱਚ ਤੇ ਫਿਰ ਹਰਿਆਣਾ ਵਿੱਚ ਵੀ ਕਰਨ ਦੇ ਹਾਲਾਤ ਬਣਦੇ ਜਾ ਰਹੇ ਹਨ ਬਾਕੀ ਤਕਰੀਬਨ ਪੰਜਾਬੀ ਚ ਅੱਜ ਵੀ 60 ਤੋਂ 70% ਇਲਾਕੇ ਵਿੱਚ ਟੁੱਟਵੀਂਆਂ ਕਾਰਵਾਈਆਂ ਜ਼ਰੂਰ ਹੁੰਦੀਆਂ ਰਹਿਣਗੀਆਂ ਅਜੇ ਵੱਡੇ ਪੱਧਰ ਤੇ ਮੀਂਹ ਦੀ ਕੋਈ ਵੀ ਖਾਸ ਸੰਭਾਵਨਾ ਨਹੀਂ ਹੈ ਇਹ ਟੁੱਟ ਮੇ ਛਰਾਟੇ ਜਿੱਦਾਂ ਅੱਧੇ ਅੱਧੇ ਘੰਟੇ ਦੇ ਜਰੂਰ ਲੱਗਦੇ ਰਹਿਣਗੇ ਮਾਨਸੂਨ ਦਾ ਦੌਰ ਇਸੇ ਤਰ੍ਹਾਂ ਅਗਲੇ 2 ਤੋਂ 3 ਦਿਨ ਚੱਲਦਾ ਰਹੇਗਾ